अपनी रिपोर्ट कराने। कितने पैसे मिले? 15 रुपए। वो की करना 15? जोर देने, परीक्षण कराने ने। किदा? डैडी दा। क्या डैडी नु? डैडी नु क्या है? बतनिया ने देने। तेरा नहीं दिल करता खेड़ा मैं भी किसे बाहर। कितने पैसे इकट्ठे हुए? 25 रुपए दे दे। पहले तो कितने ब्याह तो कितने गेतियां ही पत्थरियां थी पाजी, बहुत दवाई दारू इदा खवाल दे रहे। तो राम ने जिते जाते रहे उन्हें दवाई दे देनी, उन्हें राम ने इदा तंग ही रहा, दर्द ही होंगी रही बहुत ज्यादा। बाद फिर दो ऑपरेशन होए है तो हूँ होर 3 पत्थरियां उन्होंने कहा भी बाद फिर कराए ऑपरेशन। ਕਿੰਨਾ ਕੁ ਪੈਸੇ ਡਾਕਟਰਾਂ ਨੇ ਦੱਸੇ? ਉਹਨਾਂ ਨੇ 50-60 ਹਜ਼ਾਰ ਰੁਪਇਆ ਦੱਸਿਆ ਭਾਅ ਜੀ। ਤੁਸੀਂ ਕੀ ਕੰਮ ਕਰਦੇ? ਭਾਅ ਜੀ ਮੈਂ ਇੱਦਾਂ ਹੀ ਪੋਚੇ ਪੂਚੇ ਲਾਉਂਦੀ, ਜੇ ਕੋਈ ਪੋਚਾ ਕੇ ਉਹ ਫੇਰ ਆਈਦਾ, ਇੱਦਾਂ ਕਰਾ ਕਰਨ ਦਾ ਕੰਮ, ਟਾਈਮ ਪਾਸ ਕਰੀਦਾ। ਬੇਟਾ ਤੁਹਾਡਾ ਦੱਸਣ ਡਿਆ ਕੋ ਵੀ ਕਿਤੇ ਪਨੀਰੀ ਪੁੱਟਦਾ 15 ਰੁਪਏ ਲੈਂਦਾ? ਹਾਂਜੀ ਭਾਅ ਜੀ, ਉਹ ਵੀ ਉਹਨਾਂ ਨਾਲ ਆਪਣੇ ਤਾਏ ਜੀ ਨਾਲ ਚੱਲ ਗਿਆ ਅਤੇ ਉਹ ਥੋੜ੍ਹੇ ਬਹੁਤੇ ਖਾਣ ਪੀਣ ਜੋਗੇ, ਇੱਦਾਂ ਹੀ ਉਹ ਵਿਚਾਰਾ ਸੋਚਦਾ ਘਰ ਬਾਰੇ ਵੀ ਸਾਡਾ ਘਰ ਬਣ ਜੇ। ਡੈਡੀ ਦਾ ਆਪਰੇਸ਼ਨ ਕਹਿੰਦਾ ਮੈਂ ਕਰਾਉਣ ਵਾਸਤੇ 15-15 ਰੁਪਏ ਇਕੱਠੇ ਕਰ। ਹਾਂਜੀ, ਘਰ ਤੁਹਾਡੇ ਨੂੰ ਕੀ ਗੱਲ ਹੋਈ? ਸਾਰੀ ਘਰ ਭਾਅ ਜੀ ਇੱਦਾਂ ਸਾਡੇ ਕੋਠਾ ਡਿੱਗ ਪਿਆ ਅਤੇ ਜੋ ਸਾਨੂੰ ਬਹੁਤ ਤੰਗੀ ਆਈ, ਸਾਡੇ ਕੋਲ ਬਣਿਆ ਨਹੀਂ, ਸਾਡੇ ਕੋਲ ਮੰਜੇ ਵੀ ਦੋ, ਸਾਡੇ ਕੋਲ ਮੰਜੇ ਵੀ ਨਹੀਂ ਅਜੇ ਤੱਕ ਬਣ ਚੁੱਕੇ। ਕਿੰਨਾ ਚਿਰ ਹੋ ਗਿਆ ਮਕਾਨ ਡਿੱਗਿਆ? ਹੋ ਗਿਆ ਭਾਅ ਜੀ 1.5-2 ਸਾਲ ਹੋ ਚੱਲੇ। ਕੋਈ ਇੱਥੋਂ ਪਿੰਡ ਦਾ ਕੋਈ ਮੋਹ? ਕੋਈ ਭਾਅ ਜੀ ਰਿਸ਼ਤੇਦਾਰ ਨਹੀਂ, ਕੋਈ ਪਿੰਡ ਦਾ ਨਹੀਂ, ਕਿਸੇ ਨੇ ਨਹੀਂ ਸਾਡੀ ਮਦਦ ਕੀਤੀ। ਗੁਰਦੁਆਰੇ ਲੋਸਮੈਂਟ ਕਰਾਉਣ ਲੱਗੇ, ਉਹ ਵੀ ਨਹੀਂ ਸਾਡੀ ਕਿਸੇ ਨੇ ਕੀਤੀ।